ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੋਰਿਆ। ਮਹਿੰਗਾਈ ਦੀ ਮਾਰ ਲਗਾਤਾਰ ਆਮ ਲੋਕਾਂ ਤੇ ਪੈਂਦੀ ਜਾ ਰਹੀ ਹੈ, ਇਸ ਦੇ ਕਰਕੇ ਆਮ ਲੋਕਾਂ ਦੀ ਚਿੰਤਾ ਵੀ ਵੱਧਦੀ ਜਾ ਰਹੀ ਹੈ। ਫਿਰ ਚਾਹੇ ਗੱਲ ਹੋਵੇ ਪੈਟਰੋਲ ਡੀਜ਼ਲ ਦੇ ਰੇਟ ਅਸਮਾਨ ਨੂੰ ਛੂਰੇ ਨੇ, ਘਰੇਲੂ ਗੈਸ ਸਿਲੰਡਰ ਤੇ ਉਸ ਤੋਂ ਇਲਾਵਾ ਘਰ ਦੇ ਵਿੱਚ ਰੋਜ਼ਾਨਾ ਯੂਜ਼ ਦੇ ਵਿੱਚ ਆਉਣ ਵਾਲਾ ਰਾਸ਼ਨ ਵੀ ਜਿਹੜਾ ਹੈ ਉਸ ਦੇ ਰੇਟਾਂ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਤੇ ਤੁਹਾਨੂੰ ਅੱਜ ਜਾਣਕਾਰੀ ਦੇਣ ਜਾ ਰਹੀ ਹੈ ਕਿ ਹੁਣ ਜਿਹੜਾ ਹੈ ਦੁੱਧ ਦੇ ਰੇਟਾਂ ਦੇ ਵਿੱਚ ਵੀ ਵਾਧਾ ਹੋਣ ਜਾ ਰਿਹਾ ਹੈ। ਜੋ ਡੇਰੀ ਐਸੋਸੀਏਸ਼ਨ ਵੱਲੋਂ ਜੋ ਮੀਟਿੰਗ ਕੀਤੀ ਹੈ ਉਸ ਦੇ ਵਿੱਚ ਗੱਲ ਹੋਈ ਹੈ ਕਿ ਹੁਣ ਜਿਹੜਾ ਉਹ 5 ਰੁਪਏ ਰੇਟ ਵਧਾਉਣ ਦੀ ਤਿਆਰੀ ਕਰ ਚੁੱਕੇ ਨੇ। ਤੁਹਾਨੂੰ ਜਾਣਕਾਰੀ ਦੇ ਦਾਂ ਕਿ ਤਾਜਪੁਰ ਰੋਡ ਡੇਰੀ ਐਸੋਸੀਏਸ਼ਨ ਤੇ ਉਸ ਤੋਂ ਇਲਾਵਾ ਹੈਬੋਵਾਲ ਡੇਰੀ ਐਸੋਸੀਏਸ਼ਨ ਵੱਲੋਂ ਜਿਹੜੀ ਹੈ ਇਹ ਸਲਾਹ ਕੀਤੀ ਗਈ ਹੈ, ਇਹ ਜਿਹੜੀ ਮੀਟਿੰਗ ਕੀਤੀ ਗਈ ਉਸ ਦੇ ਵਿੱਚ ਉਹਨਾਂ ਨੇ ਪੂਰੀ ਤਿਆਰੀ ਕਰ ਲਈ ਹੈ ਕਿ ਹੁਣ ਜਿਹੜਾ ਦੁੱਧ ਦਾ ਰੇਟ ਹੈ ਜੋ ਪਹਿਲਾਂ ਹੁਣ ਹਲੇ ਤੱਕ ਜਿਹੜਾ 60 ਰੁਪਏ ਕਿਲੋ ਮਿਲਦਾ ਹੈ ਉਹ ਹੁਣ ਜਿਹੜਾ 65 ਰੁਪਏ ਕਿਲੋ ਮਿਲਿਆ ਕਰੇਗਾ, ਯਾਨੀ ਕਿ ਲੋਕਾਂ ਤੇ ਇੱਕ ਹੋਰ ਮਹਿੰਗਾਈ ਦੀ ਮਾਰ ਪਵੇਗੀ। ਉਸ ਤੋਂ ਇਲਾਵਾ ਤੁਹਾਨੂੰ ਜਾਣਕਾਰੀ ਦੇ ਦਾਂ ਤਾਜਪੁਰ ਡੇਰੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਓਬਰੋਏ ਨੇ ਦੱਸਿਆ ਇਸ ਮੀਟਿੰਗ ਦਾ ਉਹਨਾਂ ਵੱਲੋਂ ਆਯੋਜਨ ਕੀਤਾ ਗਿਆ ਸੀ ਤੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜੋ ਪਸ਼ੂਆਂ ਨੂੰ ਚਾਰਾ ਦਿੱਤਾ ਜਾਂਦਾ ਹੈ, ਫਿਰ ਚਾਹੇ ਗੱਲ ਹੋਵੇ ਹਰਾ ਚਾਰਾ ਤੂੜੀ ਦੀ ਗੱਲ ਹੋਵੇ, ਉਸ ਦੇ ਰੇਟਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਜਿਸ ਦੇ ਕਰਕੇ ਉਹਨਾਂ ਦੇ ਲਈ ਵੀ ਬਾਕੀ ਖਰਚ ਕੱਢਣੇ ਕਾਫੀ ਮੁਸ਼ਕਲ ਹੋ ਰਹੇ ਨੇ। ਤੇ ਜੇਕਰ ਗੱਲ ਕੀਤੀ ਜਾਵੇ ਹਰੇ ਚਾਰੇ ਦੀ ਜੋ ਕਿ ਪਹਿਲਾਂ 90 ਤੋਂ 100 ਰੁਪਏ ਕੁਇੰਟਲ ਸੀ, ਹੁਣ ਜਿਹੜਾ 180 ਤੋਂ 200 ਰੁਪਏ ਕੁਇੰਟਲ ਹੋ ਚੁੱਕਿਆ, ਯਾਨੀ ਕਿ ਰੇਟ ਜਿਹੜੇ ਆ ਡਬਲ ਹੋ ਚੁੱਕੀ ਹੈ। ਉਸ ਤੋਂ ਇਲਾਵਾ ਤੂੜੀ ਦੀ ਜੇਕਰ ਗੱਲ ਕੀਤੀ ਜਾਵੇ ਜੋ ਰੇਟ 200 ਤੋਂ 250 ਰੁਪਏ ਕੁਇੰਟਲ ਸੀ, ਹੁਣ ਜਿਹੜਾ 400 ਦੇ ਕਰੀਬ ਹੋ ਚੁੱਕਿਆ ਹੈ। ਰੇਟ ਜਿਹੜੇ ਨੇ ਪਸ਼ੂਆਂ ਦੇ ਚਾਰੇ ਦੇ ਜਿਹੜੇ ਰੇਟ ਨੇ ਉਹ 2 ਗੁਣੇ ਹੋ ਚੁੱਕੇ ਨੇ ਤੇ ਉੱਥੇ ਉਹਨਾਂ ਦੇ ਲਈ ਵੀ ਜਿਹੜੇ ਖਰਚੇ ਕੱਢਣੇ ਮੁਸ਼ਕਲ ਹੋ ਪਾ ਰਹੇ ਨੇ। ਮਜ਼ਦੂਰਾਂ ਦੀ ਤਨਖਾਹ ਵੀ ਹਰ ਸਾਲ ਵੱਧਦੀ ਹੈ, ਇਸ ਕਰਕੇ ਡੇਰੀ ਵਾਲਿਆਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਹ ਡੇਰੀ ਵਾਲਿਆਂ ਨੇ ਤਰਕ ਦਿੱਤਾ ਹੈ। ਇਹ ਡੇਰੀ ਵਾਲਿਆਂ ਦਾ ਕਹਿਣਾ ਹੈ, ਡੇਰੀ ਐਸੋਸੀਏਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਖਰਚੇ ਕੱਢਣੇ ਮੁਸ਼ਕਲ ਹੋ ਰਹੇ ਨੇ, ਜਿਸ ਕਰਕੇ ਉਹਨਾਂ ਨੇ ਮੀਟਿੰਗ ਕੀਤੀ ਹੈ ਤੇ ਉਸ ਦੇ ਵਿੱਚ ਉਹਨਾਂ ਨੇ ਪੂਰੀ ਤਿਆਰੀ ਕਰ ਲਈ ਹੈ ਕਿ ਹੁਣ ਜਿਹੜਾ ਹੈ ਦੁੱਧ ਦਾ ਰੇਟ ਜਿਹੜਾ ਹੈ 5 ਰੁਪਏ ਵਧਾਇਆ ਜਾਏਗਾ, ਯਾਨੀ ਲੋਕਾਂ ਤੇ ਇੱਕ ਹੋਰ ਜਿਹੜੀ ਹੈ ਮਹਿੰਗਾਈ ਦੀ ਮਾਰ ਪਏਗੀ। ਇਸ ਤੋਂ ਪਹਿਲਾਂ ਵੀ ਜਿਹੜਾ ਅਮੂਲ ਤੇ ਵੇਰਕਾ ਵੱਲੋਂ ਪਹਿਲਾਂ ਹੀ ਦੁੱਧ ਦਾ ਰੇਟ ਜਿਹੜਾ ਵਧਾਇਆ ਜਾ ਚੁੱਕਿਆ ਤੇ ਹੁਣ ਜਿਹੜਾ ਡੇਰੀ ਐਸੋਸੀਏਸ਼ਨ ਵਾਲਿਆਂ ਨੇ ਵੀ ਜਿਹੜੀ ਮੀਟਿੰਗ ਕੀਤੀ ਹੈ ਤੇ ਉਸ ਦੇ ਵਿੱਚ ਵੀ ਉਹਨਾਂ ਵੱਲੋਂ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ ਕਿ ਹੁਣ ਜਿਹੜਾ ਦੁੱਧ ਦੇ ਰੇਟਾਂ ਦੇ ਵਿੱਚ 5 ਰੁਪਏ ਦਾ ਵਾਧਾ ਕੀਤਾ ਜਾਏਗਾ, ਯਾਨੀ ਕਿ 60 ਰੁਪਏ ਕਿਲੋ ਜਿਹੜਾ ਦੁੱਧ ਮਿਲਦਾ ਹੈ ਹੁਣ ਉਹ ਜਿਹੜਾ 65 ਰੁਪਏ ਕਿਲੋ ਮਿਲਿਆ ਕਰੇਗਾ ਲੋਕਾਂ ਤੇ। ਇੱਕ ਹੋਰ ਜਿਹੜੀ ਹੈ ਮਹਿੰਗਾਈ ਦੀ ਮਾਰ ਪਵੇਗੀ।